ਕੈਨੇਡਾ ਵਿੱਚ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੇ ਜੋ ਸਮੇਂ ਸਮੇਂ 'ਤੇ ਸਾਹਿਤਕ ਸਮਾਗਮ ਉਲੀਕਦੀਆਂ ਰਹਿੰਦੀਆਂ ਨੇ। ਸਿਰਜਣਹਾਰੀ ਇੰਟਰਨੈਸ਼ਨਲ ਵੁਮੈਨ ਮੰਚ ਅਤੇ ਕੁਝ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਪੰਜਾਬ ਤੋਂ ਪਹੁੰਚੀ ਲੇਖਿਕਾ ਡਾਕਟਰ ਮਨਜੀਤ ਇੰਦਰਾ ਦੇ ਨਾਲ ਰੂਬਰੂ ਪ੍ਰੋਗਰਾਮ ਮਿਸੀਸਾਗਾ ਵਿਖੇ ਆਯੋਜਿਤ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਸਿਰਜਣਹਾਰੀ ਇੰਟਰਨੈਸ਼ਨਲ ਵੁਮੈਨ ਮੰਚ ਅਤੇ ਹੋਰ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਪੰਜਾਬ ਤੋਂ ਪਹੁੰਚੀ ਲੇਖਿਕਾ ਡਾਕਟਰ ਮਨਜੀਤ ਇੰਦਰਾ ਜੀ ਦੇ ਨਾਲ ਰੂਬਰੂ ਸੰਤ ਸਿੰਘ ਸੇਖੋਂ ਹਾਲ ਵਿੱਚ ਰੱਖਿਆ ਗਿਆ। ਇਸ ਮੌਕੇ ਟੋਰਾਂਟੋ ਦੇ ਨਾਮਵਰ ਬੁੱਧੀਜੀਵੀ ਲੇਖਕਾਂ ਨੇ ਹਿੱਸਾ ਲਿਆ। ਡਾਕਟਰ ਮਨਜੀਤ ਇੰਦਰਾ ਨੇ ਜਿੱਥੇ ਆਪਣੇ ਜੀਵਨ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉੱਥੇ ਹੀ ਉਹਨਾਂ ਆਪਣੀ ਕੁਝ ਚੁਣਿੰਦਾ ਰਚਨਾਵਾਂ ਵੀ ਪੇਸ਼ ਕੀਤੀਆਂ। ਵਿਦੇਸ਼ਾਂ ਵਿੱਚ ਸਾਹਿਤ ਨੂੰ ਪ੍ਰਫੁੱਲਿਤ ਕਰਨ ਦਾ ਇਹ ਇੱਕ ਵਧੀਆ ਉਪਰਾਲਾ ਹੈ ਜਿੱਥੇ ਵਿਦੇਸ਼ੀ ਲਿਖਾਰੀਆਂ ਨੂੰ ਮੰਚ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਤੇਰੇ ਵਾਅਦਿਆਂ ਦੇ ਮਗਰ ਤੁਰਨਾ ਕਦੋਂ ਚਾਹਿਆ ਤਲੀ ਤੇ ਸੀਸ ਧਰਨਾ ਹੈ ਆਪਣੀ ਕਸ਼ਿਸ਼ ਵਿੱਚ ਹੀ ਕਾਟ ਸ਼ਾਇਦ ਨਹੀਂ ਤਾਂ ਕੀ ਸਰਪਵਾਸ ਹੁੰਦੀ ਜੁਦਾਈ ਜੇ ਪੱਤੇ ਉਮਰ ਦੀ ਟਾਹਣੀ ਤੋਂ ਝੜਦੇ ਗਿਲਾ ਕੋਈ ਨਾ ਹੁੰਦਾ ਜੇ ਪੱਤੇ ਉਮਰ ਦੀ ਟਾਹਣੀ ਤੋਂ ਝੜਦੇ ਗਿਲਾ ਕੋਈ ਨਾ ਹੁੰਦਾ ਜੇ ਮਾਲੀ ਤਣੇ ਨੂੰ ਹੀ ਕੱਟ ਦੇਵੇ ਦਰਦ ਦੀ ਇੰਤਹਾ ਹੰਝੂ ਹੀ ਬਣਦੀ ਨਜ਼ਰ ਬੇਗਾਨਗੀ ਦਾ ਵੇਸ ਕਰਦੀ ਭਰਮ ਦੇ ਮਗਰ ਤੁਰਨਾ ਕੌਣ ਲੋਚੇ ਭਰਮ ਹੀ ਬੇਮੁਰਵਤ ਬੇਵਫਾ ਹੈ ਲਾ ਕੇ ਖੰਭ ਯਾਦਾਂ ਦੇ ਸਹਾਰੇ ਖਤਾਂ ਦੇ ਪਰਾਂ ਤੇ ਪਰਵਾਜ਼ ਕਰਕੇ ਅਣਮਿੱਥੀ ਮੰਜ਼ਿਲ ਵੱਲ ਪੈਰਾਂ ਦਾ ਪੈਂਡਾ ਹੈ ਆਪਣੇ ਆਪੇ ਦੀ ਹੀ ਭਾਲ ਸ਼ਾਇਦ ਇਹ ਆਪਣਾ ਸਵੈ ਕਾਸ਼ ਮਿਲਤਾ ਜਾਂਦਾ। ਮੈਂ ਪੰਜਾਬੀ ਯੂਨੀਵਰਸਿਟੀ ਅਲੂਮਨਾਈ ਐਸੋਸੀਏਸ਼ਨ ਦਾ ਐਜ਼ ਏ ਪ੍ਰੈਜ਼ੀਡੈਂਟ ਇੱਥੇ ਸੇਵਾਦਾਰ ਹਾਂ। ਬੜੇ ਲੰਮੇ ਸਮੇਂ ਤੋਂ ਅਸੀਂ ਪੰਜਾਬੀ ਯੂਨੀਵਰਸਿਟੀ ਅਲੂਮਨਾਈ ਐਸੋਸੀਏਸ਼ਨ ਦੀ ਇੱਥੇ ਸਥਾਪਨਾ ਕੀਤੀ ਅਤੇ ਲਗਾਤਾਰ ਅਸੀਂ ਇਹਦੇ ਲਈ ਕੰਮ ਕਰਦੇ ਆ ਰਹੇ ਹਾਂ। ਅੱਜ ਜੋ ਸਾਨੂੰ ਮਾਣ ਪ੍ਰਾਪਤ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਮਨਜੀਤ ਇੰਦਰਾ ਜੀ, ਜੋ ਇੱਕ ਬੜੇ ਪ੍ਰਸਿੱਧ ਨਾਵਲਿਸਟ ਨੇ, ਇੱਕ ਪੋਇਟ ਨੇ, ਉਹ ਸਾਡੇ ਵਿੱਚ ਅੱਜ ਸ਼ਾਮਿਲ ਨੇ। ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰ ਰਹੇ ਹਾਂ। ਭਾਵੇਂ ਐਡੇ ਵੱਡੇ ਵੱਡੇ ਜਿਹੜੇ ਸਾਡੇ ਲੇਖਕ ਨੇ, ਨੋਵਲਿਸਟ ਨੇ ਜਾਂ ਲਿਖਾਰੀ ਹੁੰਦੇ ਆ, ਇਹਨਾਂ ਦਾ ਮਾਣ ਸਤਿਕਾਰ ਕਰਨਾ ਮਤਲਬ ਅਸੀਂ ਸਿਰਫ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਸਾਡੇ ਵਿਚਕਾਰ ਨੇ। ਸੋ ਅਸੀਂ ਇਹ ਸਾਨੂੰ ਇਹ ਮਾਣ ਅੱਜ ਇਹ ਹਾਸਲ ਹੋਇਆ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੱਥੇ ਪੰਜਾਬੀ ਯੂਨੀਵਰਸਿਟੀ ਅਲੂਮਨਾਈ ਐਸੋਸੀਏਸ਼ਨ ਇਸ ਪ੍ਰੋਗਰਾਮ ਨੂੰ ਕਰਵਾ ਰਹੀ ਹੈ, ਇਸ ਦੇ ਨਾਲ ਹੀ ਸਾਡੇ ਸਹਿਯੋਗੀਆਂ ਜਥੇਬੰਦੀਆਂ ਨੇ, ਜੋ ਸਿਰਜਣਹਾਰੀਆਂ ਵੁਮੈਨ ਐਸੋਸੀਏਸ਼ਨ ਆਫ ਕੈਨੇਡਾ ਹੈ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ, ਸਾਈ ਮੀਆਂ ਮੀਰ ਫਾਊਂਡੇਸ਼ਨ ਅਤੇ ਹੋਰ ਵੀ ਬਹੁਤ ਸਹਿਯੋਗੀ ਜਥੇਬੰਦੀਆਂ, ਰੋਸ਼ਨ ਕਲਾ ਕੇਂਦਰ, ਇਹਨਾਂ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਪ੍ਰਾਪਤ ਹੈ। ਸੋ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਪਤਵੰਤੇ ਇੱਥੇ ਆਏ ਨੇ, ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਦਾ ਸਵਾਗਤ ਵੀ ਕਰਦਾ। ਅਤੇ ਇੱਕ ਵਾਰੀ ਫਿਰ ਮਨਜੀਤ ਇੰਦਰਾ ਜੀ, ਜੋ ਸਾਡੇ ਵਿਚਕਾਰ ਨੇ, ਉਹਨਾਂ ਦਾ ਵੀ ਇਸ ਫੰਕਸ਼ਨ ਵਿੱਚ ਪਹੁੰਚਣ 'ਤੇ ਮੈਂ ਬਹੁਤ ਸਵਾਗਤ ਅਤੇ ਧੰਨਵਾਦ ਕਰਦਾ। ਇੱਕ ਵਾਰੀ ਫਿਰ ਸਾਡੇ ਛੋਟੇ ਵੀਰ ਚਮਕੌਰ ਅਤੇ ਹੋਰ ਸਾਰੇ ਮੀਡੀਆ ਦਾ ਵੀ, ਜੋ ਸਾਨੂੰ ਕਵਰੇਜ ਦਿੱਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਬਹੁਤ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਡਾਕਟਰ ਮਨਜੀਤ ਇੰਦਰਾ ਚੰਡੀਗੜ੍ਹ ਤੋਂ ਲਿਖਾਰੀ ਸਭਾਵਾਂ ਹੁੰਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ ਵੀ, ਜਦੋਂ ਸੱਤ ਸਮੁੰਦਰ ਪਾਰ ਕੋਈ ਇੱਦਾਂ ਦੀ ਲੇਖਿਕਾ ਸਾਡੇ ਕੋਲ ਪਹੁੰਚਦੀ ਹੈਗੀ ਆ, ਜਿੱਦਾਂ ਸਿਰਜਣਹਾਰੀ ਇੰਟਰਨੈਸ਼ਨਲ ਵਿਮਨ ਜਿਹੜਾ ਮੰਚ ਸਾਡਾ ਇੱਥੋਂ ਟੋਰਾਂਟੋ ਦਾ ਲੋਕਲ, ਉਹ ਡਾਕਟਰ ਮਨਜੀਤ ਇੰਦਰਾ ਨੂੰ ਰੂਬਰੂ ਕਰਵਾ ਰਹੇ ਹੈਗੇ ਨੇ। ਕਿਉਂਕਿ ਦੇਖੋ ਅੱਜ ਕੱਲ੍ਹ ਦਾ ਜਿਹੜਾ ਟ੍ਰੈਂਡ ਹੈਗਾ ਨਾ, ਹੌਲੀ ਹੌਲੀ ਅਸੀਂ ਕਿਤਾਬਾਂ ਤੋਂ ਦੂਰ ਜਾਂਦੇ ਆ ਚਲੇ ਜਾ ਰਹੇ ਹਾਂ, ਲੇਕਿਨ ਡਾਕਟਰ ਮਨਜੀਤ ਇੰਦਰਾ ਨੂੰ ਜੇ ਅਸੀਂ ਫੋਲੋ ਕਰੀਏ, ਚਾਹੇ ਅਸੀਂ ਯੂਟਿਊਬ ਦੇ ਮਾਧਿਅਮ ਰਾਹੀਂ ਫੋਲੋ ਕਰੀਏ, ਗੂਗਲ ਦੇ ਮਾਧਿਅਮ ਰਾਹੀਂ ਫੋਲੋ ਕਰੀਏ, ਤਾਂ ਨਾ ਤੁਹਾਨੂੰ ਸਿਰਫ ਡਾਕਟਰ ਮਨਜੀਤ ਇੰਦਰਾ ਦਾ ਪਤਾ ਲੱਗੂਗਾ, ਪ੍ਰੋਫੈਸਰ ਮੋਹਨ ਸਿੰਘ, ਸੰਤ ਸਿੰਘ ਸੇਖੋਂ, ਕਿਉਂਕਿ ਇਹਨਾਂ ਨੇ ਜੋ ਲਿਖਿਆ ਉਹ ਹੰਢਾਇਆ ਵਾ। ਸੋ ਇੱਕ ਵਾਰੀ ਫਿਰ ਵਿਲੀਅਮਜੀਤ ਬਸਰਾ ਮੈਡਮ ਨੂੰ, ਡਾਕਟਰ ਮਨਜੀਤ ਇੰਦਰਾ ਨੂੰ ਇੱਥੇ ਟੋਰਾਂਟੋ ਦੀ ਧਰਤੀ 'ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਵੱਖ ਵੱਖ ਮਾਧਿਅਮ ਦੇ ਰਾਹੀਂ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ।